ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਵੀਡੀਓ ਬਣਾਉਣ ਜਾ ਰਹੇ ਹਾਂ ਜਿਹੜੀ ਦੀ ਬਹੁਤ ਜ਼ਰੂਰਤ ਆ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਬਾਏ ਕਰ ਰਹੇ ਨੇ ਪ੍ਰੋਡਕਟਸ ਉਹਨਾਂ ਨੂੰ ਦੀ ਫੁੱਲ ਲੋੜ ਆ ਬਹੁਤ ਦਿਨਾਂ ਤੋਂ ਕਹਿ ਰਹੇ ਸੀ ਮੈਂ ਲੈ ਜੀ ਸੀ ਪਰ ਲੈਟਸ ਡੂ ਇਟ ਟੂਡੇ ਤੇ ਮੈਂ ਹੁਣ ਤੁਹਾਨੂੰ ਦਿਖਾ ਰਿਹਾ ਕਿਵੇਂ ਕਿਵੇਂ ਕਿਹੜਾ ਕਿਹੜਾ ਪ੍ਰੋਡਕਟ ਯੂਜ਼ ਕਰਨਾ ਤੇ ਮੋਸਟਲੀ ਉਹ ਕੀ ਕੀ ਕੰਮ ਕਰਦਾ ਹਾਂਜੀ ਇਸ ਆਰਡਰ ਦੇ ਵਿੱਚ ਸਾਰੇ ਪ੍ਰੋਡਕਟ ਯੂਜ਼ ਕਰਨੇ ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ ਆਰਡਰ ਦਿਖਾ ਦਿਆਂ ਇਹ ਜੈਂਟਲ ਕਲੀਨਰ ਆ ਜੀ ਫਿਰ ਟੋਨਰ ਆ ਫਿਰ ਡਰਮੀ ਪੈਪਟਿਕਸ ਆ ਫਿਰ ਹਾਈਡਰੋ ਬੂਸਟ ਜਾਂ ਇਹਨਾਂ ਡਾਇਨਾਮਿਕ ਆਈ ਕਰੀਮ ਆ ਉਸ ਤੋਂ ਬਾਅਦ ਡੇਲੀ ਫੇਸ ਕਰੀਮ ਐਂਡ ਦੈਨ ਹੈਗਾ ਜੀ ਸਨਸਕ੍ਰੀਨ ਇਹ ਆਰਡਰ ਆ ਇਹਨਾਂ ਦਾ ਯੂਜ਼ ਕਰਨ ਲਈ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ ਡਿਟੇਲ ਚ ਹਾਂਜੀ ਇਹ ਹੈਗਾ ਜੈਂਟਲ ਕਲੈਂਜ਼ਰ ਆ ਜਿਹੜਾ ਕਿ ਰੀਲੀ ਗੁੱਡ ਕਲੈਂਜ਼ਰ ਆ ਇਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਜਿਹੜਾ ਫੇ ਜਿਹੜਾ ਮੇਕਅਪ ਵਗੈਰਾ ਹੈਗਾ ਉਹ ਵੀ ਬਹੁਤ ਚੰਗੀ ਤਰ੍ਹਾਂ ਉਤਰ ਜਾਂਦਾ ਸਨੀ ਦਾ ਇਹ ਫੇਵਰੇਟ ਆ ਸਨੀ ਆਪਦਾ ਮੇਕਅਪ ਰਿਮੂਵ ਕਰਨ ਲਈ ਇਹੀ ਯੂਜ਼ ਕਰਦੀ ਆ ਸਨੀ ਵਾਟ ਵਾਟ ਡੂ ਯੂ ਸੇ ਯਾ ਇਟਸ ਰੀਲੀ ਨਾਈਸ ਕਿਉਂਕਿ ਤੁਹਾਨੂੰ ਪਹਿਲਾਂ ਆਪਾਂ ਓਇਲ ਬੇਸ ਵਾਲਾ ਯੂਜ਼ ਕਰਦੇ ਆ ਤੁਹਾਨੂੰ ਇਹਦੇ ਲਈ ਓ ओके दैट्स गुड सो एक लैंद्रा जी इदे सिर्फ दो पंप ਜਾਂ 2.5 पंप ਹੀ ਯੂਜ਼ ਕਰਨਾ ਤੁਸੀਂ ਉੱਪਰੋਂ ਲੈ ਕੇ ਫੁੱਲ ਦੋ 2.5 ਪੰਪਸ ਦੈਸ ਕੁਫ ਇਨਫ ਓਕੇ ਜੀ ਇਸ ਤੋਂ ਬਾਅਦ ਕੀ ਆ ਜਾਂਦਾ ਇਹਨੂੰ ਇਹਨੂੰ ਆਪਾਂ ਵਾਸ਼ ਕਰ ਲਿਆ ਫੇਸ ਕਲੀਨ ਕਰ ਲਿਆ ਚੰਗੀ ਤਰ੍ਹਾਂ ਫਿਰ ਹੈਗਾ ਆ ਰੇਡੀਅੰਸ ਟੋਨਰ ਇਹਨੂੰ ਤੁਸੀਂ ਮੇਰੀ ਜੋ ਹੈਗੀ ਆ opinion ਹਨਾ ਇੱਕ ਵਾਰੀ ਯੂਜ਼ ਕਰੋ ਸਟਾਰਟ ਕਰੋ ਵੀਕ ਦੇ ਵਿੱਚ ਸਿਰਫ ਇੱਕ ਵਾਰੀ ਯੂਜ਼ ਕਰ ਲਾ ਤੇ ਆ ਜਿਹੜਾ ਹੈਗਾ ਹੁਣ ਆਪਾਂ ਇਹਦੀ ਗੱਲ ਵਿੱਚ ਹੀ ਰਹੀ ਸੀ ਇਹ ਦੋ ਕੁ ਮਹੀਨੇ ਚੱਲ ਜੂਗਾ ਤਾਂ ਕਈ ਪੰਪਰਾ ਪੁੱਛ ਦੇ ਕਿੰਨਾ ਚਿਰ ਚੱਲੂਗਾ ਇਹ ਇਹ ਹੈਗਾ ਇੱਕ ਵਾਰੀ ਯੂਜ਼ ਕਰਨਾ ਸ਼ੁਰੂ ਕਰੋ ਤੁਸੀਂ ਵੀਕ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਦੋਂ ਤੁਹਾਨੂੰ ਲੱਗਾ ਕਿ ਜਾਂ ਤੁਹਾਨੂੰ ਪਤਾ ਲੱਗ ਜੂ ਕਿ ਜਿੰਦਾ ਥੋੜਾ ਐਕਸਪੀਰੀਅੰਸ ਆ ਫਿਰ ਉਹਨੂੰ ਉਸ ਤੋਂ ਬਾਅਦ ਤੁਸੀਂ ਉਹਨੂੰ ਦੋ ਵਾਰੀ ਵੀਕ ਚ ਯੂਜ਼ ਕਰਨਾ ਸ਼ੁਰੂ ਕਰਿਓ ਤੇ ਇਹ ਚੱਲ ਜਾਂਦਾ ਆਲਮੋਸਟ 7-8 ਮਹੀਨੇ 9 ਮਹੀਨੇ ਤੱਕ ਚੱਲ ਜੂਗਾ ਹੋ ਸਕਦਾ ਸਾਲ ਵੀ ਚੱਲੇ ਜਿਹੜਾ ਡਿਪੈਂਡਸ ਤੁਸੀਂ ਕਿਵੇਂ ਯੂਜ਼ ਕਰਦੇ ਆ ਹਨਾ ਤੇ ਇਹ ਨਾਈਟ ਓਨਲੀ ਯੂਜ਼ ਕਰਨਾਗਾ ਹਾਂ ਓਨਲੀ ਨਾਈਟ ਯੂਜ਼ ਕਰਨਾ ਜਿਸ ਦਿਨ ਤੁਸੀਂ ਇਹਨੂੰ ਯੂਜ਼ ਕੀਤਾ ਹੋਇਆ ਪਲੀਜ਼ ਟਰਾਈ ਕਰਿਓ ਨੈਕਸਟ ਡੇ ਸਨ ਤੋਂ ਹੀਟ ਤੋਂ ਆਪਣੇ ਉੱਪਰ ਬਚਾ ਕੇ ਰੱਖਿਓ ਕਿਉਂਕਿ ਇਹ ਇਹਦਾ ਕੰਮ ਐਕਸਫੋਲੀਏਟ ਕਰਨਾ ਇਹਨੇ ਤੁਹਾਡੀ ਜੱਡ ਸਕਿਨ ਨੂੰ ਉੱਪਰੋਂ ਕਲੀਨ ਕਰ ਦੇਣੀ ਆ ਪਲੱਸ ਤੁਹਾਡੇ ਪੋਰ ক্লিন ਕਰ ਦੇਣੇ ਆ ਜਿਹੜਾ ਮੇਕਅਪ ਵਗੈਰਾ ਪੋਰਸ ਦੇ ਵਿੱਚ ਹੁੰਦਾ ਉਹ ਸਾਰਾ ਇਹਨੇ ਕਲੀਨ ਕਰ ਦੇਣਾ ਡੀਪ ਕਲੈਂਜ਼ਿੰਗ ਕਰ ਦੇਣੀ ਇਹਨੇ ਉਸ ਤੋਂ ਆ ਜਾਂਦਾ ਜੀ ਬਾਅਦ ਡਰਮੀ ਪੈਪਟਿਕਸ ਵਨ ਆਫ ਮਾਈ ਫੇਵਰਟ ਔਰ ਹਾਈਡਰਾਪੋਸਟ ਤੁਸੀਂ ਦੋਨੋਂ ਚੋਂ ਇੱਕ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਆ ਜਿੰਨਾਂ ਦਾ ਹੈਗਾ ਡਰਾਈ ਸਕਿਨ ਦਾ ਇਸ਼ੂ ਹੈਗਾ ਲਾਈਕ ਲੈਸ ਸਕਿਨ ਡਰਾਈ ਆ ਜਲਦੀ ਫੇਸ ਡਰਾਈ ਹੋ ਜਾਂਦਾ ਜਾਂ ਫਲਿੱਕੀ ਹੋ ਜਾਂਦਾ ਉਹ ਹਾਈਡਰਾ ਬੋਸਟ ਯੂਜ਼ ਕਰ ਲਿਓ ਜਿੰਨਾਂ ਦਾ ਮੋਰ ਐਂਟੀਏਜਿੰਗ ਸਾਈਡ ਹੈਗਾ ਲਾਈਕ ਐਂਟੀਏਜਿੰਗ ਚਾਹੀਦੀ ਆ ਬ੍ਰਾਈਟਨੈਸ ਚਾਹੀਦੀ ਆ ਇਲਾਸਟिसिटी ਚਾਹੀਦੀ ਏਸਕੇ ਨੇ ਟਾਈਟ ਹੋ ਜਾਵੇ ਤਾਂ ਉਹ ਇਹਨੂੰ ਯੂਜ਼ ਕਰ ਲਿਓ ਇਹਦਾ ਟੈਕਸਚਰ ਬੜਾ ਹੀ ਇਮੇਜਿੰਗ ਆ ਹੁਣ ਮੈਂ ਇਹਨੂੰ ਮੈਂ ਇੱਥੋਂ ਸ਼ੁਰੂ ਕਰਦਾ ਸੋ ਮੇਰਾ ਇਹ ਪਹਿਲਾ ਸਟੈਪ ਆਜ ਲਈ ਕਿਉਂਕਿ ਮੈਂ ਫੇਸ ਦਾ ਵਾਸ਼ ਕਰ ਲਿਆ ਆਲਰੇਡੀ ਸੋ ਥਿਸ ਇਜ਼ ਮਾਈ ਫਰਸਟ ਸਟੈਪ ਤੁਸੀਂ ਦੇਖ ਲਓ ਵੀ ਮੈਂ ਕਿੰਨਾ ਕ ਯੂਜ਼ ਕਰਦਾ ਇਹੋ ਜਿਹਾ ਦਾ ਟੈਕਸਚਰ ਹੈ ਠੀਕ ਹੈ ਜੀ 골ਡ ਵਰਗਾ ਇਹ ਇਹਦੇ ਨਾਲ ਤੁਹਾਡੇ ਸ਼ਾਈਨ ਆ ਜਾਂਦੀ ਹੈ। ਹੱਥ ਆ ਮੈਂ ਹੁਣ ਹੱਥ ਤੇ ਲਾਇਆ ਤੇ ਹੁਣ ਤੁਸੀਂ ਇਹਨੂੰ ਦੇਖੋ। ਠੀਕ ਹੈ ਇਹਦੇ ਨਾਲ ਬਿਲਕੁਲ ਸ਼ਾਈਨੀ ਹੋ ਜਾਂਦੀ ਹੈ ਤੁਹਾਡੀ ਸਕਿਨ ਮੋਇਸਚਰ ਐਕਚੁਅਲੀ ਸੌਰੀ ਸਟਾਪ ਕਰ ਰਿਹਾ ਵੀਡੀਓ ਸਨੀ। ਹਾਂਜੀ ਆ ਹੈਗਾ ਵੈਟ ਤੇ 1 ਮਿੰਟ ਮੈਂ ਹੁਣ ਤੁਹਾਨੂੰ ਦੱਸਦਾ ਵੈਟ ਤੇ ਮੋਇਸਚਰ ਦੇ ਵਿੱਚ ਕੀ ਫਰਕ ਹੁੰਦਾ। ਆ ਹੈਗਾ ਮੋਇਸਚਰ ਆਪ ਮੌਇਸਟਾ ਸੋ ਜਦੋਂ ਤੁਸੀਂ ਹਾਈਡਰੋਬੂਸਟ ਲਾਉਣਾ ਆਹਾਂ ਜਾਂ ਹਲ ਰੋਨਿਕ ਐਸਿਡ ਜਦੋਂ ਤੁਸੀਂ ਲਾਉਣਾ ਤਾਂ ਮੇਕ ਸ਼ੋਰ ਇਹ ਮੌਇਸਟ ਹੋਵੇ ਇਸ ਤਰ੍ਹਾਂ ਦੀ ਕੰਡੀਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਡਰਾਈ ਨਹੀਂ ਹੋਣਾ ਚਾਹੀਦਾ ਜੇ ਬਿਲਕੁਲ ਡਰਾਈ ਹੋਊਗਾ ਹਨਾ ਤਾਂ ਉਹ ਉਲਟਾ ਕੰਮ ਕਰੂਗਾ ਉਹਨੇ ਉਲਟਾ ਥੋੜਾ ਪੁੱਲ ਆਊਟ ਕਰ ਲੈਣਾ ਉਹਨੇ ਜਿਹੜਾ ਥੋੜੀ ਸਕਿਨ ਦੇ ਵਿੱਚ ਹੈਗਾ ਮੌਇਸਚਰ ਕਿਉਂਕਿ ਇਹਦਾ ਕੰਮ ਆ ਬਾਟਨ ਨੂੰ ਰੀਟੇਨ ਕਰਨਾ ਜਿਸ ਵੇਲੇ ਸਕਿਨ ਮੌਇਸਟ ਹੁੰਦੀ ਆ ਤਾਂ ਤੇ ਮੈਂ ਇੰਨਾ-ਇੰਨਾ ਕ ਯੂਜ਼ ਕਰ ਰਿਹਾ ਹਾਂ ਇਹਨੂੰ ਦੋਨੇ ਹੱਥਾਂ ਤੇ ਕਿਉਂਕਿ ਮੇਰਾ ਮੈਂ ਚੈਲੰਜ ਕੀਤਾ ਹੋਇਆ ਸੀ ਐਸਾ ਹੱਥ ਦਾ ਕਿ ਮੈਂ 20 ਦਿਨਾਂ ਦੇ ਵਿੱਚ ਇਹਨੂੰ ਇਹਦੇ ਵਰਗਾ ਕਰਨਾ ਸੋ ਆਲਮੋਸਟ 17 18 ਦਿਨ ਹੋ ਗਏ ਇਹ ਬਿਲਕੁਲ ਇਹਦੇ ਵਰਗਾ ਤਾਂ ਨਹੀਂ ਹੋਇਆ ਪਰ ਤੁਸੀਂ ਦੇਖ ਸਕਦੇ ਆ ਇਹ ਤਕਰੀਬਨ 80% ਹੋ ਗਿਆ ਰਲ ਗਿਆ ਉਹਦੇ ਨਾਲ ਸੋ ਕਿਵੇਂ ਦੱਸਦਾ ਸਣੀ ਇਧਰ ਕਰਿਓ ਹੈ ਸਹੀ ਦੱਸਦਾ ਹੂੰ ਕਿਵੇਂ ਲੱਗਦਾ ਦੋਨਾਂ ਦਾ ਡਿਫਰੈਂਸ ਕਿੰਨਾ ਕੁ ਲੱਗਦਾ ਪ੍ਰੀਟੀ ਕਲੋਸ ਟੂ ਈਚ ਅਦਰ ਕਲੋਸ ਟੂ ਹੂੰ ਸੋ ਇਹ ਆ ਜਿਆਦਾ ਬ੍ਰਾਈਟ ਐਂਡ ਕਲੀਨ ਹੈ ਜੇ ਤੁਸੀਂ ਇਹਨੂੰ ਦੇਖੋ ਇਹਦੇ ਤੇ ਆਪਾਂ ਨੂੰ ਯੂਜ਼ ਕਰਦਿਆਂ ਨੂੰ 50 ਡੇ ਹੋ ਗਏ ਇਹਦੇ ਤੇ ਆਪਾਂ ਨੂੰ ਯੂਜ਼ ਕਰਦਿਆਂ ਨੂੰ 17-18 ਦਿਨ ਹੋ ਗਏ 19 ਦਿਨ 20 ਦਿਨ ਹੋ ਗਏ ਉਹਨੇ ਸੋ ਸੋ ਇਹ ਸੀਗਾ ਜੀ ਮੇਰਾ ਅੱਜ ਦੇ ਦਿਨ ਦਾ ਪਹਿਲਾ ਸਟੈਪ ਆਫਟਰ ਫੇਸ ਵਾਸ਼ ਤੋਂ ਠੀਕ ਹੈ ਜੀ ਇਹਨਾਂ ਦੋਨਾਂ ਚੋਂ ਤੁਸੀਂ ਇੱਕ ਲੈ ਸਕਦੇ ਆ ਇਸ ਵਿੱਚ ਵਿੱਚ ਕੀਤੇ ਜਾ ਸਕਦੇ ਆ ਲਾਈਕ ਇੱਕ ਸੁਬਾਹ ਲਗਾ ਲਓ ਇੱਕ ਰਾਤ ਨੂੰ ਲਗਾ ਲਓ ਹਾਂ ਇਹ ਵੀ ਕਰ ਸਕਦੇ ਆ ਤਾਂ ਇਸ ਤੋਂ ਨੈਕਸਟ ਜਿਹੜਾ ਮੇਰਾ ਸਟੈਪ ਹੈਗਾ ਜੀ ਸਕਿਨ ਕੇਅਰ ਦਾ ਉਹ ਹੈਗੀ ਆ ਆਹ ਕਰੀਮ ਇਹ ਅੰਡਰਾਏ ਕਰੀਮ ਆ ਤੁਸੀਂ ਮੇਰੀਆਂ ਪਹਿਲਾਂ ਇੱਧਰ ਦੇਖੋ ਇੱਥੇ ਦੇਖੋ ਫੋਕਸ ਕਰਕੇ ਦੇਖੋ ਸਕਰੀਨਸ਼ਾਟ ਲੈ ਕੇ ਦੇਖ ਲਿਓ ਪੜਾਂ ਦੀ ਤੇ ਇਹ ਬੜੀ ਹਵਾ ਮੈਜਿਕਲ ਕਰੀਮ ਆ ਜੀ ਇਹ ਤੇ ਐਨੀਓ ਹੀ ਯੂਜ਼ ਕਰਨੀ ਆ ਦੇਖ ਲਓ ਇਸ ਤੋਂ ਜ਼ਿਆਦਾ ਨਹੀਂ ਯੂਜ਼ ਕਰਨੀ ਫਿਰ ਐਵੇਂ ਵੇਸਟ ਹੀ ਆ ਉਸ ਤੋਂ ਬਾਅਦ ਤਾਂ ਤੇ ਇਹਨੂੰ ਐਂ ਕਰਕੇ ਜਿੱਥੇ ਜਿੱਥੇ ਤੁਹਾਡੇ ਰਿੰਕਲਸ ਹੈਗੀਆਂ ਨੇ ਹਾਂ ਉਹ ਟਾਰਗੇਟ ਆ ਜਿੱਥੇ ਤੁਹਾਡੇ ਰਿੰਕਲਸ ਦਾ ਸੈਂਸਿਟਿਵ ਸਕਿਲ ਨਾ ਜੇ ਮੈਂ ਇੱਥੇ ਵੀ ਲਾ ਲਵਾਂ ਹਾਂ ਕਿਉਂਕਿ ਮੈਨੂੰ ਬਾਲਾ ਕੋਈ ਚੱਕਰ ਨਹੀਂ ਹੈਗਾ ਪ੍ਰਾਈਸ ਜਿਵੇਂ ਐਵੇਂ ਸੋ ਆ ਮੈਂ ਡਬਲ ਆ ਰਿਹਾ ਸੋ ਮੈਨੂੰ ਡਬਲ ਲਾਉਣ ਦੀ ਵੈਸੇ ਲੋੜ ਨਹੀਂ ਸੀ ਮੈਂ ਇੰਨਾ ਇੱਥੇ ਲਾਈਨ ਆਈ ਤੇ ਵੀ ਲਾ ਲਿਆ ਜਿੱਥੇ ਵੀ ਲੋੜ ਆ ਨੈੱਕ ਦੇ ਉੱਪਰ ਅੰਡਰ ਆਈਆ ਫੋਰ ਹੈਡ ਆ ਲਾਈਕ ਅ ਸਮਾਈਲਿੰਗ ਲਾਈਨਸ ਫੇਸ ਤੇ ਕਿਤੇ ਵੀ ਲੱਗੀ ਜਾ ਸਕਦੀ ਹਾਂ ਸੋ ਮੈਂ ਇਹਨੂੰ ਇੰਨੀ ਇੰਨੀ ਕ ਲਾ ਲਊਗਾ ਜਦੋਂ ਮੈਂ ਇਹ ਲਾ ਲਈ ਹੈਨਾ ਤੁਸੀਂ ਦੇਖੋਗੇ ਇਮੀਡੀਏਟਲੀ ਤੁਹਾਨੂੰ ਅਸਰ ਨਜ਼ਰ ਆਉਂਦਾ ਵੈਸੇ ਤਾਂ ਮੇਰਾ ਮੈਨੂੰ 50 ਡੇ ਹੋ ਗਏ ਆਲਮੋਸਟ ਇਹਨੂੰ ਯੂਜ਼ ਕਰਦਿਆਂ ਨੂੰ ਤੇ 50 ਡੇ ਦੇ ਵਿੱਚ ਮੇਰੀਆਂ ਰੈਂਕਲ ਆਲਮੋਸਟ 80% ਚਲੇ ਗਈਆਂ ਤੁਸੀਂ ਮੇਰੀਆਂ ਬਿਫੋਰ ਵਾਲੀਆਂ ਵੀਡੀਓ ਜਾ ਕੇ ਦੇਖ ਲਿਓ ਯੂ ਵਿਲ ਸੀ ਅ ਠੀਕ ਹੈ ਜੀ ਆ ਦੇਖੋ ਹੁਣ ਮੈਂ ਇਮੀਡੀਏਟ ਇਮੀਡੀਏਟ ਲੁੱਕ ਦੇਖੋ ਤੁਸੀਂ ਇਹਦੀ ਹੁਣ ਤੁਸੀਂ ਪਹਿਲਾਂ ਦੇਖਿਆ ਸੀ ਨਾ ਮੈਂ ਤੁਹਾਨੂੰ ਜਦੋਂ ਕਿਹਾ ਸਕਰੀਨਸ਼ਾਟ ਕਰ ਲਓ ਤੁਸੀਂ ਚਾਹੇ ਹੁਣ ਵਾਪਸ ਜਾ ਕੇ ਵੀਡੀਓ ਦੇ ਵਿੱਚ ਹੁਣ ਸਕਰੀਨਸ਼ਾਟ ਕਰਕੇ ਦੇਖ ਲਓ ਯੂ ਵਿਲ ਸੀ ਆਟੋਮੈਟਿਕ ਚੇਂਜ ਜਿਹੜੀਆਂ ਕੁੜੀਆਂ ਮੇਕਅਪ ਕਰਦੀਆਂ ਨੇ ਜਿਨ੍ਹਾਂ ਦੇ ਇੱਥੇ ਕਰੀਜ਼ ਬਣ ਜਾਂਦੀਆਂ ਨੇ ਉਹ ਥਿਸ ਇਜ਼ ਅ ਅਮੇਜ਼ਿੰਗ ਥਿਸ ਇਜ਼ ਅ ਗੇਮ ਚੇਂਜਿੰਗ ਇਹਦੇ ਨਾਲ ਕੀ ਹੁੰਦਾ ਇਦੇ ਨਾਲ ਜਿਹੜੀਆਂ ਅੰਡਰ ਆਈ ਹੁੰਦੀਆਂ ਪਫੀ ਅੰਡਰਆイズ ਹੁੰਦੀਆਂ ਨੇ ਇੱਕ ਮੇ ਟਿਕਟੋਕਰ ਦੇ ਉੱਤੇ ਵੀਡੀਓ ਪਾਈ ਹੋਈ ਆ ਕੁੜੀ ਨੂੰ 25 ਦਿਨ ਹੋਇਆ ਯੂਜ਼ ਕਰਦੇ ਨੂੰ ਉਹ ਕਹਿੰਦੀ ਮੇਰੀ 90% ਪਫੀ ਆਈ ਕਲੀਅਰ ਹੋ ਗਈਆਂ ਇਹਦੇ ਨਾਲ ਐਂਡ ਬਲੈਕ ਆਈ ਉਹਦੀਆਂ 30% ਕਲੀਅਰ ਹੋ ਗਈਆਂ ਜਿਹੜੇ ਬਲੈਕ ਸਰਕਲ ਹੁੰਦੇ ਆ ਸੋ ਦਿਸ ਇਜ਼ ਆਲਸੋ ਅਮੇজিং ਅਮੇজিং ਪ੍ਰੋਡਕਟ ਆ ਜੀ ਇਹ ਰਿੰਕਲਸ ਨੂੰ ਰਿਮੂਵ ਕਰਦਾ ਇਹ ਪਫੀ ਆਈਸ ਦੀ ਹੈਲਪ ਕਰਦਾ ਐਂਡ ਇਹ ਰਿੰਕਲਸ ਨੂੰ ਪਫੀ ਆਈ ਨੂੰ ਐਂਡ ਬਲੈਕ ਆਈ ਨੂੰ ਤੇ ਇਹਦਾ ਨਾਮ ਹੈਗਾ ਡਾਇਨਾਮਿਕ ਆਈ ਕਰੀਮ ਥਿਸ ਇਜ਼ ਐਨ ਅਮੇজিং ਅਮੇজিং ਆਈ ਕਰੀਮ ਠੀਕ ਹੈ ਜੀ ਤੇ ਚੌਥਾ ਜਿਹੜਾ ਹੁਣ ਇਸ ਤੋਂ ਤੀਜਾ ਮੇਰਾ ਅੱਜ ਦੇ ਦਿਨ ਦਾ ਤੀਜਾ ਜਿਵੇਂ ਇਹ ਹੈਗੀ ਆ ਡੇਲੀ ਕਰੀਮ ਇਹ ਮੋਇਸਚਰਾਈਜ਼ਰ ਆ ਠੀਕ ਹੈ ਥਿਸ ਇਜ਼ ਅ ਰੀਲੀ ਰੀਲੀ ਗੁੱਡ ਹਾਈ ਕੁਆਲਿਟੀ ਮੋਇਸਚਰਾਈਜ਼ਰ ਇਹ ਜਿਹੜੇ ਸਾਰੇ ਪ੍ਰੋਡਕਟ ਆ ਹਨਾ ਜੀ ਇਹ ਪ੍ਰੋਫੈਸ਼ਨਲ ਗ੍ਰੇਡ ਪ੍ਰੋਡਕਟ ਨੇ ਇਹ ਇਹ ਨਾਰਮਲ ਨਹੀਂ ਹੈਗੇ ਇੱਕ ਇਹ ਇੰਨਾ ਕੁ ਯੂਜ਼ ਕਰਨੀ ਆ ਮੈਂ ਜਿਹੜੇ ਨਾਰਮਲ ਪ੍ਰੋਡਕਟ ਹੁੰਦੇ ਆ ਉਹ ਤੁਹਾਨੂੰ ਕਿਤੇ ਵੀ ਲੱਭ ਜਾਂਦੇ ਇਹ ਓਨਲੀ ਜਿਹੜੇ ਹਾਈ ਐਂਡ ਸਪਾ ਹੁੰਦੇ ਆ ਉਹਨਾਂ ਦੇ ਵਿੱਚ ਹੀ ਅਵੇਲੇਬਲ ਸੀਗੇ ਹੁਣ ਤੱਕ ਤੇ ਹੁਣ ਤੁਹਾਨੂੰ www.luxiche.com ਦੇ ਉੱਤੇ ਅਵੇਲੇਬਲ ਹੈਗੇ ਆ ਇਹ ਪ੍ਰੋਡਕਟ ਪਰ ਹੁਣ ਤੋਂ ਪਹਿਲਾਂ ਇਹ ਓਨਲੀ ਹਾਈ ਹਾਈ ਐਂਡ ਸਪਾ ਜਿਹੜੇ ਗੋਰਿਆਂ ਦੇ ਜਿਹੜੇ ਜਿਹੜੇ ਕਿ ਆ ਨਰਮੀ ਪੈਪਟਿਕਸ ਉਹ ਲੈ 2250 ਡਾਲਰ ਦਿੰਦੇ ਆ ਨਾਮ ਕੁਛ ਹੋਰ ਹੋਊਗਾ ਉੱਥੇ ਪਰ ਦੇ ਚਾਰ ਜਿਹੜੇ 250 ਇੱਕ ਮੈਂ ਸੁਣਿਆ ਕੱਲ ਕਿਸੇ ਭੈਣ ਨੇ ਮੈਨੂੰ ਦੱਸਿਆ ਕਿ ਕੋਈ ਆਸਟ੍ਰੇਲੀਆ ਦਾ ਕੋਈ ਕੰਪਨੀ ਆ ਮੈਂ ਨਾਮ ਨਹੀਂ ਲੈਣਾ ਤੇ ਉਹਨਾਂ ਦਾ 골ਡ ਸੀਰਮ ਆ ਕੋਈ ਆ ਰੋ ਉਹ ਕਿਹੜਾ 골ਡ ਸੀਰਮ ਆ ਉਹ 350 ਡਾਲਰ ਦਾ ਸੀਰਮ ਆ ਜੀ ਸੋ ਉਹ ਇਹ ਵੀ 골ਡ ਹੀ ਆ ਹਨਾ ਜੇ ਤੁਸੀਂ ਦੇਖੋ ਇਹ ਆ ਦੇਖੋ ਠੀਕ ਹੈ ਇਹਦਾ ਇਹਦਾ ਜਿਹੜਾ ਹੈਗਾ ਬਹੁਤ ਫਰਕ ਆ ਜੀ ਕੁਆਲਿਟੀ ਦਾ ਹਾਈ ਹਾਈ ਕੁਆਲਿਟੀ ਆ ਓਕੇ ਆਪਣਾ ਹੁਣ ਆਹ ਡੇਲੀ ਕਰੀਮ ਹੋ ਗਈ ਇਹ ਡਰਾਈ ਸਕਿਨ ਜਿਨ੍ਹਾਂ ਦੇ ਫੇਸ ਡਰਾਈ ਰਹਿੰਦੇ ਆ ਸਕਿਨ ਡਰਾਈ ਰਹਿੰਦੀ ਆ ਥਿਸ ਇਜ਼ ਅਮੇਜ਼ਿੰਗ ਗੇਮ ਚੇਂਜਿੰਗ ਚੀਜ਼ ਆ ਉਹਨਾਂ ਲਈ ਇਹ ਤਾਂ ਉਹ ਇਹ ਯੂਜ਼ ਕਰ ਸਕਦੇ ਆ ਠੀਕ ਆ ਜੀ ਤੇ ਉਹ ਹੁਣ ਫਾਈਨਲ ਆ ਜੀ ਜਦੋਂ ਹੁਣ ਅੱਜ ਤੱਕ ਚਲੋ ਆਸਾਨ ਹੈ ਨਹੀਂਗਾ ਬਾਹਰ ਪਰ ਜਦੋਂ ਸਨ ਹੈਗਾ ਬਾਹਰ ਧੁੱਪੇ ਜੇ ਤੁਸੀਂ ਜਾਣਾ ਧੁੱਪ ਨਾਲ ਥੋੜਾ ਐਕਸਪੋਜ਼ਰ ਹੋਣਾ ਮੇਕ ਸ਼ੋਰ ਹਮੇਸ਼ਾ ਅਵੋਇਡ ਕਰੋ ਹੈਅਰ ਲੈ ਕੇ ਰੱਖੋ ਕੁਛ ਮਰਜ਼ੀ ਕਰੋ ਯੂ نو ਵਾਟ ਟੂ ਡੂ ਹਾਊ ਟੂ ਡੂ ਪਰ ਧੁੱਪ ਤੋਂ ਹੀਟ ਤੋਂ ਬਚ ਕੇ ਰਹੋ ਜਿਹੜੇ ਭੈਣਾਂ ਕਿਚਨ 'ਚ ਕੰਮ ਕਰਦੀਆਂ ਮੇਰੀ ਸਲਾਹ ਫੇਸ ਮਾਸਕ ਲਾ ਲਿਆ ਕਰੋ ਕੰਮ ਕਰਨ ਤੋਂ ਪਹਿਲਾਂ ਉਹਦੇ ਨਾਲ ਤੁਹਾਡੀ ਹਲ ਹੋਊਗੀ ਇੱਕ ਹੋਰ ਚੀਜ਼ ਆ ਇੱਕ ਨਾ ਠੰਡੇ ਪਾਣੀ ਵਾਲਾ ਟਾਵਲ ਲੈ ਕੇ ਦਿਹਾੜੀ 'ਚ ਚਾਰ ਵਾਰੀਆਂ ਦੀ ਸਕਿਨ ਨੂੰ ਕੂਲ ਡਾਊਨ ਕਰ ਲਿਆ ਕਰੋ ਜੇ ਤੁਸੀਂ ਕਿਚਨ 'ਚ ਕੰਮ ਕਰਦੀਆਂ ਜੇ ਤੁਸੀਂ ਹਾਰ ਲਾਈਕ ਗਰਮੀ ਦੇ ਮਾਹੌਲ 'ਚ ਕੰਮ ਕਰਦੇ ਨਹੀਂ ਤਾਂ ਤੁਹਾਡੀ ਸਕਿਨ ਖਰਾਬ ਹੋ ਜਾਊਗੀ ਪਿਗਮੈਂਟੇਸ਼ਨ ਆ ਜਾਊਗੀ ਤੇ ਫਿਰ ਤੁਸੀਂ ਬਾਅਦ 'ਚ ਔਖੇ ਹੋਵੋਗੇ ਬਹੁਤ ਸੋ ਇਹ ਇਹ ਜਿਹੜੇ ਪ੍ਰੋਡਕਟ ਆਏ ਪਿਗਮੈਂਟੇਸ਼ਨ ਲਈ ਡਰਾਈ ਸਕਿਨ ਲਈ ਪਫੀ ਆਈਜ਼ ਲਈ ਡਾਰਕ ਸਰਕਲਸ ਲਈ ਐਂਡ ਆ ਐਂਟੀ-ਏਜਿੰਗ ਲਈ ਦੀਜ਼ ਆ ਅਮੇজিং ਅਮੇজিং ਗੇਮ ਚੇਂਜਿੰਗ ਪ੍ਰੋਡਕਟਸ ਆਗੇ ਸੋ ਇੰਨੇ ਕ ਆਪਾਂ ਉੱਤੇ ਆ ਲਾ ਲਣੀ ਆ ਇਹਦੇ ਸਨਸਕ੍ਰੀਨ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਐਂਡ ਦੇ ਉੱਤੇ ਦਿਖਾਵਾਂਗੇ ਲੁੱਕ ਆਲ ਓਵਰ ਲੁੱਕ ਕਿਦਾਂ ਦੀ ਹੋ ਗਈ ਆ ਸਾਰੇ ਆ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਹਨਾ ਦੀਜ਼ ਆ ਅਮੇজিং ਪ੍ਰੋਡਕਟ ਪੰਜ-ਸੱਤ ਮਿੰਟ ਲੱਗਦੇ ਆ ਰੋਜ਼ ਦੇ ਤੁਹਾਡੇ ਤੇ ਜਿਹੜੇ ਜ਼ਿਆਦਾ ਬਿਜ਼ੀ ਆ ਹਨਾ ਉਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਕੱਲਾ ਤੁਸੀਂ ਨਾਈਟ ਦਾ ਰੁਟੀਨ ਕਰ ਲਿਆ ਕਰੋ ਫੇਸ ਕਰੀਮ ਨਹੀਂ ਲਗਾਉਣੀ ਇਸ ਵੇਲੇ ਮੈਨ ਲਈ ਨਹੀਂ ਓਕੇ ਲੋ ਜੀ ਫੇਸ ਕਰੀਮ ਰਹਿ ਗਈ ਸੀ ਮੇਰੇ ਫੇਸ ਤੇ ਲਾਉਣ ਵਾਲੀ ਐਵੇਂ ਐਵੇਂ ਕਰਕੇ ਇੰਨੇ ਇੰਨੇ ਕੀ ਲਾਉਣੀਆਂ ਬਹੁਤੀ ਜਿਆਦਾ ਨਹੀਂ ਆਪਾਂ ਤਾਂ ਆਪਣੀ ਹੱਥਾਂ ਨੂੰ ਨਹੀਂ ਲਾ ਲੈਣੀ ਮੁੰਡੇ ਆ ਜਿਹੜੇ ਇਹ ਮੈਂ ਉਹਨਾਂ ਨੂੰ ਦੱਸਦਾ ਮੁੰਡਿਆਂ ਨੂੰ ਲਾਉਣਾ ਨਹੀਂ ਉਹਨਾਂ ਦਾ ਪ੍ਰੋਡਕਟ ਤੇ ਮੁੰਡਿਆਂ ਨੂੰ ਦੱਸ ਰਿਹਾ ਮੁੰਡੇ ਵੀ ਮੇਰੇ 30% ਕਲਾਇੰਟ ਮੁੰਡੇ ਵੀ ਹੈਗੇ ਆ ਠੀਕ ਹੈ ਭਰਾਵੋ ਬੀਰੋ ਭਰਾਵੋ ਇਦਾਂ ਕਰਨਾ ਤੁਸੀਂ ਠੀਕਾ ਹੱਥ ਟਰਾਈ ਕਰ ਜਿਵੇਂ ਇੰਨਾ ਕੰਮ ਐਵੇਂ ਯੂਜ਼ ਕਰੋ ਇੰਨਾ ਨਕ ਮੈਂ ਵੈਸੇ ਸਾਰੇ ਹੱਥ ਲਵੇਣ ਲੇ ਫਿਰ ਉਹੀ ਗੱਲ ਕਿਉਂਕਿ ਆਪ ਤੁਹਾਨੂੰ ਮੁੰਡੇ ਨਹੀਂ ਸਮਝਦੇ ਠੀਕ ਹੈ ਇੰਨੇ ਨਕ ਨਾਲ ਐ ਕਰਕੇ ਸਾਰੇ ਕਿਤੇ ਲਾ ਲਵਾਂ ਮੇਰੇ ਐਕਚੁਅਲੀ ਥਮਾ ਲੱਗੀ ਹੋਈ ਸੀ ਮੈਂ ਤਾਂ ਕਰਕੇ ਉਹ ਲਾ ਲੀਆ ਤਾਂ ਹੁਣ ਆਪਣਾ ਫਾਈਨਲ ਸਟੈਪ ਹੈਗਾ ਅਲਟਾ ਐਮ ਡੀ ਦੀ ਇਹ ਸਨਸਕ੍ਰੀਨ ਆ ਥਿਸ ਇਜ਼ ਅਮੇজিং ਮੈਂ ਕਦੇ ਸਨਸਕ੍ਰੀਨ ਯੂਜ਼ ਨਹੀਂ ਕਰਦਾ ਹੁੰਦਾ ਕਿਉਂਕਿ ਮੇਰੀ ਅੱਖਾਂ ਚ ਪੈਂਦੀ ਸੀ ਐਂਡ ਆ ਵਾਸ ਫੀਲਿੰਗ ਆਲਵੇਜ਼ ਲੈਕ ਜਿਵੇਂ ਜਿਹਾ ਲੱਗਦਾ ਸੀ ਮੈਨੂੰ ਅੱਖਾਂ ਦੇ ਵਿੱਚ ਕੁਛ ਆਈ ਜਾਂਦਾ ਰਹਿੰਦਾ ਸੀ ਤੇ ਆ ਮੈਂ ਯੂਜ਼ ਕਰਦਾ ਇਹ ਮੇਰੀਆਂ ਅੱਖਾਂ 'ਚ ਨਹੀਂ ਆਉਂਦੀ ਐਂਡ ਇਹ 70 ਡਾਲਰ ਦੀ ਆ ਸਾਰੇ ਕਿਤੇ ਪਰ ਤੁਹਾਨੂੰ ਆਪਣੀ ਵੈਬਸਾਈਟ ਤੇ www.luxech.com ਦੇ ਉੱਤੇ ਤੁਹਾਨੂੰ ਇਹ ਲੱਭ ਜੂਗੀ ਆ ਕਿੰਨੇ ਦੀ 15 59 ਦੀ ਆ ਆਰਾਊਂਡ 60 ਡਾਲਰ ਦੀ ਆ ਰਫਲੀ ਅਪਰੋਕਸਿਮੇਟ ਸੋ ਆਪਾਂ 10 ਡਾਲਰ ਜਾਣ ਕੇ ਘੱਟ ਰੱਖਿਆ ਹੋਇਆ ਕਿ ਚਲੋ ਇਹਦੇ ਨਾਲ ਕੀ ਹੈ ਵੀ ਸਾਰੇ ਪੈਣਪਰਾ ਨੂੰ ਯੂਜ਼ ਕਰਨ ਤੇ ਹੈਲਪ ਹੋਵੇ ਪੈਣਪਰਾਵਾਂ ਦੀ ਓਕੇ ਜੀ ਹੁਣ ਦੇਖੋ ਤੁਸੀਂ ਕਲੋਜ਼ ਲੁੱਕ ਦਿਖਾਇਆ ਉਸ ਨੇ ਹੱਥਾਂ ਦੀ ਫੋਕਸ ਕਰਕੇ ਐਸ ਦੇ ਉੱਪਰ ਆਪਾਂ ਨੂੰ 50 ਦਿਨ ਹੋ ਗਏ ਯੂਜ਼ ਕਰਦਿਆਂ ਨੂੰ ਐਸ ਦੇ ਉੱਪਰ ਆਪਾਂ ਨੂੰ ਹੋ ਗਿਆ ਜੀ 16-17 ਦਿਨ ਉਸ ਤੋਂ ਪਹਿਲਾਂ ਦੀ ਬਿਫੋਰ ਵੀਡੀਓ ਦੇਖੋ ਤੁਸੀਂ ਜਾ ਕੇ ਹੱਥਾਂ ਦੀਆਂ ਇਸ ਸ਼ੌਕਿੰਗ ਡਰਾਮੈਟੀਕਲ ਚੇਂਜ ਆ ਯੂ ਵਿਲ ਸੀ ਕਿ ਹਿਊਜ ਡਿਫਰੈਂਸ ਆ 80-90% ਇੰਪਰੂਵ ਹੋ ਗਈ ਇਹਦੀ ਕੰਡੀਸ਼ਨ ਐਂਡ ਅੱਖਾਂ ਦੀ ਦੇਖੋ ਤੁਸੀਂ ਅੰਡਰਆਈ ਦੇਖੋ ਮੇਰੀਆਂ ਅੰਡਰਆਈ ਜਿਹੜੀਆਂ ਰਿੰਕਲ ਸੀਗੀਆਂ ਬਿਫੋਰ ਚੈੱਕ ਕਰੋ ਜਾ ਕੇ ਅੱਡੇ ਅੱਡੇ ਡੂੰਘੀਆਂ ਰਿੰਕਲ ਸੀਗੀਆਂ ਤੇ ਉਹ ਸਾਰੀਆਂ ਕਵਰ ਹੋ ਗਈਆਂ ਵੈਸੇ ਮੈਂ ਕਹਿੰਦਾ ਨਹੀਂ ਕਿਸੇ ਨੂੰ ਕਿ ਹਾਂ ਤੁਹਾਡੀਆਂ ਜਿਹੜੀਆਂ ਡੂੰਘੀਆਂ ਰਿੰਕਲ ਕਵਰ ਹੋ ਜਾਣਗੀਆਂ ਉਸ ਚੀਜ਼ ਦਾ ਮੈਂ ਪ੍ਰੋਮਿਸ ਨਹੀਂ ਕਰਦਾ ਪਰ ਹਾਂ ਜਿਹੜੀਆਂ ਫਾਈਨ ਲਾਈਨਸ ਹੈਗੀਆਂ ਉਹ ਚਲੀਆਂ ਜਾਣਗੀਆਂ ਤੇ ਜਿਹੜੀਆਂ ਆਉਣੀਆਂ ਨੇ ਥੋੜੇ ਫਿਊਚਰ ਦੇ ਵਿੱਚ ਉਹ ਡਿਲੇ ਹੋ ਜਾਣਗੀਆਂ ਘੱਟੋ ਘੱਟ 15 ਸਾਲ ਸੋ ਦਿਸ ਇਜ਼ ਏਨ ਅਮੇਜ਼ਿੰਗ ਅਮੇਜ਼ਿੰਗ ਪ੍ਰੋਡਕਟ ਹੈ www.luxich.com ਜੇ ਤੁਹਾਨੂੰ ਲੱਗਿਆ ਵੀਡੀਓ ਕੰਮ ਦੀ ਹੈ ਇਹਨੂੰ ਸੇਵ ਕਰ ਲਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਤੇ ਲੋਕਾਂ ਭੈਣ ਭਰਾਵਾਂ ਦੇ ਸਰਕਲ ਦੇ ਵਿੱਚ ਵੀ ਸ਼ੇਅਰ ਕਰ ਦਿਓ ਜਿਨੂੰ ਤੁਹਾਨੂੰ ਲੱਗਦਾ ਕਿ ਹਾਂ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰਤ ਆ ਇਹ ਵੀਡੀਓ ਉਹਨਾਂ ਨਾਲ ਸ਼ੇਅਰ ਕਰ ਦਿਓ ਉਹਨਾਂ ਦੀ ਹੈਲਪ ਹੋ ਜਾਊ ਸਾਡੀ ਵੀ ਹੈਲਪ ਹੋ ਜਾਊ ਤੇ ਅਸੀਂ ਤੁਹਾਨੂੰ ਅਸੀਸਾਂ ਦੇਵਾਂਗੇ ਜੀ ਥੈਂਕ ਯੂ ਹੈਵ ਅ ਗ੍ਰੇਟ ਡੇ